ਹੋਰ ਉੱਚਾ ਕਰੇਗਾ। ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਕੱਥੋਂ ਨੰਗਲ ਵਿਖੇ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਫੌਜੀ ਲਾਂਸ ਨਾਇਕ ਗੁਰਮੇਲ ਸਿੰਘ ਦੇ ਗ੍ਰਹਿ ਵਿਖੇ ਜਾ ਕੇ ਸ਼ਹੀਦ ਗੁਰਮੇਲ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਖਿਆ ਕਿ ਦੇਸ਼ ਵਾਸੀਆਂ ਨੂੰ ਸ਼ਹੀਦ ਗੁਰਮੇਲ ਸਿੰਘ ਦੀ ਸ਼ਹਾਦਤ ਤੇ ਗਰਵ ਹੈ। ਉਨ੍ਹਾਂ ਆਖਿਆ ਕਿ ਸਰਕਾਰ ਸ਼ਹੀਦ ਦੇ ਪਰਿਵਾਰ ਨੂੰ ਘੱਟ ਤੋਂ ਘੱਟ 1 ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕਰੇ। ਟੀ ਆਰ ਡੋਗਰਾ ਸਮੇਤ ਕਈ ਲੋਕ ਮੌਜੂਦ ਸਨ। ਦੇਸ਼ ਲਈ ਬੜੀ ਵੱਡੀ ਕੁਰਬਾਨੀ ਹੈ, ਆਪਣੀ ਮਾਤਰ ਭੂਮੀ ਦੀ, ਆਪਣੀ ਸੇਵਾਵਾਂ ਦੀ ਰੱਖਿਆ ਕਰਦੇ ਹੋਏ ਪਾਕਿਸਤਾਨ ਦੇ ਸੈਨਿਕਾਂ ਨਾਲ, ਉਹਨਾਂ ਜ਼ਾਲਮਾਂ ਨਾਲ ਜਿਹੜੇ ਹਮੇਸ਼ਾ ਸਾਡੇ ਜਵਾਨਾਂ 'ਤੇ ਫਾਇਰਿੰਗ ਕਰਦੇ ਨੇ। ਪਰ ਉਹ ਪਹਿਲਾ ਵਕਤ ਬਦਲ ਚੁੱਕਿਆ, ਇੱਕ ਗੋਲੀ ਚੱਲਦੀ ਹੈ ਜਵਾਨ ਸਾਡੇ ਸ਼ਹੀਦ ਹੋ ਜਾਂਦੇ ਨੇ, ਪਰ ਆਪਣੀ ਮਾਤਰ ਭੂਮੀ ਦੀ ਰੱਖਿਆ ਕਰਦੇ। ਬਹੁਤ ਵੱਡੀ ਕੁਰਬਾਨੀ ਹੈ। ਇਸ ਪਰਿਵਾਰ ਦੇ ਦੁੱਖ ਦੇ ਵਿੱਚ ਅਸੀਂ ਅੱਜ ਆਏ ਹਾਂ, ਕੋਈ ਵੀ ਤਕਲੀਫ ਹੋਏਗੀ ਪਰਿਵਾਰ ਦੇ ਨਾਲ ਅਸੀਂ ਖੜ੍ਹੇ ਹਾਂ, ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ, ਅਸੀਂ ਆਉਣ ਦਿਆਂਗੇ। ਸਾਡਾ ਹੀ ਸਾਰਿਆਂ ਦਾ ਫਰਜ਼ ਬਣਦਾ, ਸਾਰੀਆਂ ਪਾਰਟੀਆਂ ਦਾ, ਕਿ ਅਸੀਂ ਇਹਨਾਂ ਦੇ ਪਰਿਵਾਰਾਂ ਦੀ ਦੇਖ ਰੇਖ, ਇਹਨਾਂ ਨੂੰ ਦੁੱਖ ਸੁੱਖ ਵੇਲੇ ਸਾਂਭੀ, ਇਹਨਾਂ ਦੀ ਮੁਸ਼ਕਲਾਂ ਨੂੰ ਸਮਝੀ, ਇਹਨਾਂ ਦੇ ਘਰਾਂ 'ਚ ਆ ਕੇ ਸਮਝੀ, ਇਹਨਾਂ ਨੂੰ ਕੀ ਤਕਲੀਫਾਂ ਨੇ, ਇਹ ਸਭ ਤੋਂ ਜ਼ਰੂਰੀ ਹੈ। ਰਾਜਨੀਤਿਕ ਲੋਕਾਂ ਦਾ ਇਹ ਕੰਮ ਨਹੀਂ ਕਿ ਵੋਟ ਹੀ ਲੈਣਾ, ਸੱਤਾ ਲੈਣੀ ਹੈ, ਕੁਰਸੀ ਲੈਣੀ ਹੈ। ਇਹਨਾਂ ਕਿੰਨੇ ਕੁ ਪਰਿਵਾਰ ਹੋਣਗੇ ਸਾਡੇ ਏਰੀਏ 'ਚ, ਜਿੰਨੇ ਵੀ ਪਰਿਵਾਰ ਨੇ, ਏਰੀਏ ਦੇ ਜਿਹੜੇ ਜ਼ਿੰਮੇਦਾਰ ਲੋਕ ਨੇ, ਉਹਨਾਂ ਨੂੰ ਦੇਖਣਾ ਚਾਹੀਦਾ, ਸਰਕਾਰਾਂ ਨੂੰ ਦੇਖਣਾ ਚਾਹੀਦਾ, ਔਰ ਇਹਨਾਂ ਦੇ ਇੱਕ ਅਲੱਗ ਫੰਡ ਜਿਹੜਾ ਹੈ ਉਹ ਸਰਕਾਰ ਨੂੰ ਜ਼ਰੂਰ ਰੱਖਣਾ ਚਾਹੀਦਾ।